ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਰਵਾਰਾ ਅਤੇ RFE ਚੈਨਲ ਦੇਖਣ ਵਾਲੀ ਸਾਰੀ ਆਡੀਅੰਸ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਓਜਸਵੀ ਸ਼ਰਮਾ ਜੀ ਨੂੰ ਵੀ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਓਜਸਵੀ ਸ਼ਰਮਾ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਕਿੰਨੀ ਵਧੀਆ ਵਧੀਆ ਤੁਹਾਡੀ ਫਿਲਮਾਂ ਦਿਖਾਈਆਂ ਅਤੇ ਹੁਣੇ 2-3 ਦਿਨ ਪਹਿਲਾਂ ਮੈਂ ਭਾਅ ਜੀ ਨੂੰ ਮਿਲਿਆ ਸੀਗਾ ਅਤੇ ਉਹਨਾਂ ਨੇ ਮੈਨੂੰ ਆਪਣੇ ਅਪਕਮਿੰਗ ਪ੍ਰੋਜੈਕਟ ਦੀ ਲਿਸਟ ਦਿਖਾਈ ਅਤੇ ਤੁਹਾਡੇ ਲਈ ਅੱਗੇ ਬਹੁਤ ਵਧੀਆ ਵਧੀਆ ਕੰਟੈਂਟ ਲੈ ਕੇ ਆ ਰਹੇ ਨੇ ਭਾਅ ਜੀ ਅਤੇ ਬਹੁਤ ਸੋਹਣੀਆਂ ਫਿਲਮਾਂ ਨੇ ਜਿਹੜੀਆਂ ਤੁਹਾਡਾ ਫੁੱਲ ਐਂਟਰਟੇਨਮੈਂਟ ਕਰਨਗੀਆਂ 2021 'ਚ। ਅਤੇ ਰਹੀ ਗੱਲ ਦੀਵਾਲੀ ਦੀ, ਦੀਵਾਲੀ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਸੇਫਲੀ ਇੰਜੋਏ ਕਰੋਗੇ, ਤੁਸੀਂ ਸਾਡੇ ਤੋਂ ਸਾਰੇ ਸਮਝਦਾਰ ਹੋ ਅਤੇ ਥੋੜ੍ਹਾ ਖਾਓ ਪੀਓ ਮੌਜ ਮਸਤੀ ਕਰੋ, ਬਟ ਜਿਹੜੇ ਪਟਾਕੇ ਪੈਕਰਸ ਨੇ ਇਹਨਾਂ ਦਾ ਥੋੜ੍ਹਾ ਜਿਹਾ ਪਰਹੇਜ਼ ਕਰੋ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿੰਨਾ ਪੋਲਿਊਸ਼ਨ ਇਹ ਕ੍ਰੀਏਟ ਕਰਦੇ ਆ, ਸਾਊਂਡ ਪੋਲਿਊਸ਼ਨ ਵੀ, ਏਅਰ ਪੋਲਿਊਸ਼ਨ ਵੀ, ਅਤੇ ਬੱਚਿਆਂ ਲਈ ਵੀ ਕਿੰਨੇ ਖਤਰਨਾਕ ਨੇ ਇਹ ਚੀਜ਼ਾਂ, ਅਤੇ ਬੱਚਿਆਂ ਤੋਂ ਇਹਨਾਂ ਨੂੰ ਥੋੜ੍ਹਾ ਜਿਹਾ ਦੂਰ ਰੱਖੋ ਅਤੇ ਸੇਫਲੀ ਸਾਰੇ ਦੀਵਾਲੀ ਨੂੰ ਇੰਜੋਏ ਕਰੋ। ਅਤੇ ਇੱਕ ਵਾਰੀ ਫਿਰ ਮੇਰੇ ਵੱਲੋਂ ਸਾਰੀ ਰੋਲਿੰਗ ਫਰੇਮਸ ਐਂਟਰਟੇਨਮੈਂਟ ਦੇ ਆਡੀਅੰਸ ਨੂੰ ਅਤੇ ਸਾਰੀ ਇੰਟਾਇਰ ਟੀਮ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮੱਚ।